ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਨੇ ਦਿੱਲੀ ਰੇਲਵੇ ਸਟੇਸ਼ਨ ਤੇ ਘੇਰਾ ਪਾਇਆ ਏ। ਨਾਲ ਪਰਿਵਾਰਕ ਮੈਂਬਰ ਵੀ ਸੀ ਅੰਮ੍ਰਿਤਪਾਲ ਸਿੰਘ ਦੇ, ਜਿਸ ਤੋਂ ਬਾਅਦ ਉਹਨਾਂ ਨੂੰ ਰੇਲਵੇ ਸਟੇਸ਼ਨ ਦੀ ਚੌਂਕੀ ਦੇ ਵਿੱਚ ਬਿਠਾਇਆ ਗਿਆ, ਪੁੱਛਗਿੱਛ ਕੀਤੀ ਗਈ ਤੇ ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਏ ਦਿੱਲੀ ਰੇਲਵੇ ਸਟੇਸ਼ਨ। ਦਿੱਲੀ ਰੇਲਵੇ ਸਟੇਸ਼ਨ ਪੰਜਾਬ ਪੁਲਿਸ ਪਹੁੰਚਦੀ ਹੈ, ਜਿਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਘੇਰਾ ਪਾਇਆ ਜਾਂਦਾ ਹੈ। ਟ੍ਰੇਨ ਦੀ ਤਲਾਸ਼ੀ ਲਈ ਜਾਂਦੀ ਹੈ, ਪਰਿਵਾਰਕ ਮੈਂਬਰਾਂ ਦੀ ਤਲਾਸ਼ੀ ਲਈ ਜਾਂਦੀ ਹੈ, ਸਾਰਾ ਸਮਾਨ ਫਰੋਲ ਕੇ ਵੇਖਿਆ ਜਾਂਦਾ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਦਿੱਲੀ ਰੇਲਵੇ ਸਟੇਸ਼ਨ ਦੇ ਪੁਲਿਸ ਚੌਂਕੀ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਲੈ ਕੇ ਜਾਂਦੀ ਹੈ, ਜਿੱਥੇ ਅੰਮ੍ਰਿਤਪਾਲ ਦੀ ਮਾਤਾ ਨੇ ਸਿੰਘਾਂ ਨੂੰ ਫੋਨ ਲਗਾ ਦਿੱਤਾ ਤੇ ਉਸੇ ਮੌਕੇ ਕਈ ਸਿੰਘ ਇਕੱਠੇ ਹੋ ਗਏ ਦਿੱਲੀ ਰੇਲਵੇ ਸਟੇਸ਼ਨ ਤੇ। ਦੇਖ ਸਕਦੇ ਹੋ ਤਸਵੀਰਾਂ, ਪੁਲਿਸ ਚੌਂਕੀ ਦੇ ਵਿੱਚ ਵੀ ਭਾਰੀ ਇਕੱਠ ਹੋਇਆ ਹੋਇਆ ਹੈ। ਮੌਕੇ ਤੇ ਅਕਾਲੀ ਦਲ ਇਕਾਈ ਦੇ ਆਗੂ ਪਹੁੰਚੇ ਨੇ। ਉਹਨਾਂ ਨੇ ਕਿਹਾ ਹੈ ਕਿ 10 ਮਹੀਨੇ ਅੰਮ੍ਰਿਤਪਾਲ ਸਿੰਘ ਦਾ ਭਰਾ ਪੰਜਾਬ ਦੇ ਵਿੱਚ ਹੀ ਸੀ, ਉਸ ਵੇਲੇ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਕਈ ਸਵਾਲ ਖੜੇ ਕੀਤੇ ਨੇ। ਨਾਂਦੇੜ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਅੰਮ੍ਰਿਤਪਾਲ ਸਿੰਘ ਦਾ ਭਰਾ ਤੇ ਨਾਲ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਪਰਿਵਾਰਕ ਮੈਂਬਰ ਵੀ ਸਨ, ਯਾਨੀ ਕਿ ਅੰਮ੍ਰਿਤਪਾਲ ਸਿੰਘ ਦਾ ਇਹ ਚਚੇਰਾ ਭਰਾ ਏ ਜਿਸ ਨੂੰ ਕਿ ਹੁਣ ਦਿੱਲੀ ਰੇਲਵੇ ਸਟੇਸ਼ਨ ਤੋਂ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਏ। ਅੰਮ੍ਰਿਤਪਾਲ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਅਸਾਮ ਦੇ ਵਿੱਚ ਕੈਦ ਹੈ। ਕਈ ਵਾਰ ਉਸਦੇ ਵੱਲੋਂ ਚਿੱਠੀਆਂ ਭੇਜੀਆਂ ਗਈਆਂ ਨੇ ਤੇ ਹੁਣ ਉਸਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਏ, ਉਹ ਵੀ ਪੰਜਾਬ ਪੁਲਿਸ ਨੇ। ਦਿੱਲੀ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਅੰਮ੍ਰਿਤਪਾਲ ਸਿੰਘ ਦੇ ਭਰਾ ਦੀ। ਨਾਂਦੇੜ ਸਾਹਿਬ ਗੁਰਦੁਆਰੇ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਤਾਂ ਰਾਹ ਦੇ ਵਿੱਚ ਪੰਜਾਬ ਪੁਲਿਸ ਨੇ ਰੇਲਵੇ ਸਟੇਸ਼ਨ ਤੇ ਟ੍ਰੇਨ ਨੂੰ ਘੇਰਾ ਪਾਇਆ। ਅੰਦਰੋਂ 400 ਬੰਦਿਆਂ ਦੇ ਵਿੱਚੋਂ ਅੰਮ੍ਰਿਤਪਾਲ ਸਿੰਘ ਦੇ ਚਚੇਰੇ ਭਰਾ ਨੂੰ ਲੱਭਿਆ ਅਤੇ ਬਾਹਰ ਤਾਰਿਆ। ਨਾਲ ਪਰਿਵਾਰਕ ਮੈਂਬਰ ਵੀ ਸਨ। ਆਓ ਉਹਨਾਂ ਦੇ ਕੋਲੋਂ ਹੀ ਜਾਣਦੇ ਹਾਂ ਕਿ ਪੰਜਾਬ ਪੁਲਿਸ ਨੇ ਕਿਵੇਂ ਉਹਨਾਂ ਨੂੰ ਘੇਰਾ ਪਾਇਆ ਤੇ ਕਿਵੇਂ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਕਾਬੂ ਕੀਤਾ ਹੈ ਤੇ ਹੁਣ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਪੰਜਾਬ ਪੁਲਿਸ ਕਿੱਥੇ ਲੈ ਕੇ ਗਈ ਹੈ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕਾਰਨ ਇਹ ਹੋਇਆ ਕਿ ਹਜ਼ੂਰ ਸਾਹਿਬ ਤੋਂ ਅਰਦਾਸ ਕਰਾ ਕੇ ਆ ਰਹੇ ਸੀ ਸੰਗਤ ਦੇ ਨਾਲ ਵਾਪਸ, ਇਹਨਾਂ ਦਿੱਲੀ ਘੇਰਾ ਪਾ ਕੇ ਤੇ ਸਾਡੇ ਸਿੰਘ ਨੂੰ ਗ੍ਰਿਫਤਾਰ ਕੀਤਾ ਵਾ, ਜੋ ਕਿ ਬਹੁਤ ਬੁਰੀ ਤਰ੍ਹਾਂ ਇਹਨਾਂ ਨੇ ਗੱਡੀ ਨੂੰ ਵੀ ਘੇਰਾ ਪਾਇਆ ਤੇ ਬਹੁਤ ਬੁਰਾ ਕਿ ਕਾਨੂੰਨ ਤੋਂ ਬਾਹਰ ਹੋ ਕੇ ਇਹਨਾਂ ਨੇ ਗ੍ਰਿਫਤਾਰ ਕੀਤਾ। ਕਿਉਂਕਿ ਜੇ ਪੰਜਾਬ 'ਚੋਂ 10 ਮਹੀਨੇ ਤਾਂ ਪੰਜਾਬ 'ਚ ਰਹਿ ਰਿਹਾ ਸੀ, ਉੱਥੇ ਵੀ ਅਰੈਸਟ ਕਰ ਸਕਦੇ ਸੀ, ਇਹ ਪੰਜਾਬ 'ਚ ਵੀ ਕਰ ਸਕਦੇ, ਤੇ ਇਹਨਾਂ ਨੇ ਦਿੱਲੀ ਆਣ ਕੇ ਤੇ ਫਿਰ ਇਹਨਾਂ ਨੇ ਇਹ ਤਮਾਸ਼ਾ ਖੜਾ ਕੀਤਾ। ਤੇ ਤੁਹਾਡੀ ਮੰਗ ਕੀ ਹੈਗੀ ਹੈ? ਮੰਗ ਸਾਡੀ ਇਹ ਹੀ ਹੈ ਵੀ ਇਨਸਾਫ ਤੇ ਸਾਨੂੰ ਸਿੱਖਾਂ ਨੂੰ ਅੱਗੇ ਮਿਲ ਹੀ ਨਹੀਂ ਰਹੀ, ਕੀ ਮੰਗ ਕਰਾਂਗੇ, ਕਿਹਾ ਕੋਈ ਇਨਸਾਫ ਹੈਗਾ? ਅਰਦਾਸ ਬੇਨਤੀ ਕਰਕੇ ਉੱਥੇ ਹੀ ਪੰਜਾਂ ਤਖਤਾਂ ਤੇ ਅਰਦਾਸ ਬੇਨਤੀ ਕਰਾਈ, ਉੱਥੇ ਹਰ ਜਗ੍ਹਾ ਹਾਜ਼ਰ ਹੁੰਦਾ, ਉੱਥੇ ਇਹਨਾਂ ਗ੍ਰਿਫਤਾਰ ਨਹੀਂ ਕੀਤਾ। ਅੱਜ ਅਸੀਂ ਹਜ਼ੂਰ ਸਾਹਿਬ ਤੋਂ ਆਉਣ ਡੇ ਸੰਗਤ ਸਮੇਤ ਤੇ ਹੁਣ ਇਹਨਾਂ ਨੇ ਇੱਥੇ ਦਿੱਲੀ 'ਚ ਕੀਤਾ, ਪੰਜਾਬ ਤੋਂ ਬਾਹਰ ਆਣ ਕੇ ਗ੍ਰਿਫਤਾਰ ਕੀਤਾ। ਸਾਨੂੰ ਇਹ ਵੀ ਸ਼ੱਕ ਆ ਕਿ ਸਾਡੇ ਬੱਚੇ ਤੇ ਕੋਈ ਅਸਲਾ ਜਾਂ ਕੋਈ ਸਮੈਗ ਨਾ, ਕਿਉਂਕਿ ਅਸੀਂ ਇਹਨਾਂ ਨੂੰ ਕੋਈ ਨਹੀਂ ਖਾਲੀ ਹੁੰਦੀ ਫੜਿਆ, ਬਿਲਕੁਲ ਦੇ ਕੇ ਗਏ ਆ ਵੀ ਕੁਛ ਉਹਦੇ ਕੋਲ ਨਹੀਂ ਹੈਗਾ। ਠੀਕ ਆ, ਕੱਲ ਨੂੰ ਸਾਡੇ ਤੇ ਇਹ ਨਾ ਵੀ ਸਾਡੇ ਨਾਲ ਧੋਖਾ ਕੀਤਾ ਜਾਏ, ਵੀ ਇਹਦੇ ਤੇ ਅਸਲਾ ਫੜਿਆ ਗਿਆ, ਕੋਈ ਐਲੀਗੇਸ਼ਨ ਲੱਗ ਜੇ। ਆਪਾਂ ਇਹ ਨਹੀਂ ਚਾਹੁੰਦੇ, ਕਿਉਂਕਿ ਅਸੀਂ ਪ੍ਰਸ਼ਾਸਨ ਨੂੰ ਇਸੇ ਕਰਕੇ ਦੇ ਕੇ ਦਿੱਲੀ ਪੁਲਿਸ ਨੂੰ ਹੈਂਡਓਵਰ ਕਰਕੇ ਗਏ ਹਾਂ। ਹਾਂਜੀ, ਪਾਪਾ ਜੀ ਕੀ ਕਹਿਣਾ ਚਾਹੋਗੇ ਇਸ ਦੇ? ਕਹਿਣਾ ਚਾਹਾਂਗੇ ਜੀ, ਇਹ ਸਾਰਾ ਸ਼ਹਿਰ ਪੰਜਾਬ ਪੁਲਿਸ ਦਾ ਧੱਗਾ, ਪੰਜਾਬ ਪੁਲਿਸ ਦਾ ਜੋ ਵਰਕਿੰਗ ਸਟਾਈਲ ਜੋ ਪਹਿਲਾਂ ਪਿੱਛੇ ਤੋਂ ਹੁੰਦਾ ਰਿਹਾ, ਗੈਰ ਕਾਨੂੰਨੀ ਹਿਰਾਸਤਾਂ, ਗੈਰ ਕਾਨੂੰਨੀ ਮੁਕਾਬਲੇ, ਪੁਲਿਸ ਮੁਕਾਬਲੇ, ਝੂਠੇ ਮੁਕਾਬਲੇ ਬਣਾਉਂਦੀ, ਇਸ ਕਰਕੇ ਅਸੀਂ ਦਿੱਲੀ ਪੁਲਿਸ ਨੂੰ ਇਨਵੋਲਵ ਕਰਨਾ ਚਾਹੁੰਦੇ ਸੀ ਕਿ ਸਾਡੇ ਸਾਹਮਣੇ ਪਤਾ ਹੋਵੇ ਕਿ ਇਹ ਅਰੈਸਟ ਕਰ ਲਿਆ ਗਿਆ, ਨਹੀਂ ਤੇ ਸਾਨੂੰ ਕੋਈ ਇਤਰਾਜ਼ ਨਹੀਂ ਸੀਗਾ। ਜੇ ਦਿੱਲੀ ਪੁਲਿਸ ਨਾਲ ਹੁੰਦੀ ਤੇ ਅਸੀਂ ਉਸੇ ਵੇਲੇ ਕੋਈ ਕੇਸ ਵੀ ਨਹੀਂ ਹੈ ਬੱਚੇ ਉੱਤੇ। ਹਾਂਜੀ, ਇਹ ਚੀਜ਼ਾਂ ਇੱਕ ਝੂਠੇ ਕੇਸ ਬਣਾ ਬਣਾ ਕੇ ਪਤਾ ਨਹੀਂ ਕੀ ਪਾਈ ਜਾਂਦਾ। ਹਾਂਜੀ, ਅੱਜ ਕੁਛ ਨਹੀਂ ਕਹਿਣਾ। ਹਰ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਮੇਂ ਕੈਦ ਹੈ, ਉਨਕੀ ਮਾਤਾ ਕਾ ਟੈਲੀਫੋਨ ਆਇਆ ਥਾ ਕਿ ਹਮ ਦਿੱਲੀ ਸਟੇਸ਼ਨ ਪੇ ਹੈ, ਅਸੀਂ
ਨੰਦੇੜ ਸਾਹਿਬ ਤੋਂ ਆ ਰਹੇ ਸੀ ਔਰ ਦਿੱਲੀ ਸਟੇਸ਼ਨ 'ਤੇ ਪਹੁੰਚਣ ਤੋਂ ਬਾਅਦ ਪੁਲਿਸ ਨੇ ਸਾਡੇ ਛਾਪਾ ਮਾਰਿਆ ਡੱਬਿਆਂ ਦੇ ਵਿੱਚ, ਕਿਉਂਕਿ 300-400 ਬੰਦਾ ਸੀ ਇਹਨਾਂ ਦਾ। ਉਹਦੇ 'ਚੋਂ ਮੇਰੇ ਦੂਸਰੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਔਰ ਛਾੜਨੀ ਦੇ ਚੁੱਕ ਕੇ ਲਿਜਾ ਰਹੇ ਨੇ। ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੰਨੀ ਉਮਰ ਦਾ, ਤੂੰ ਕਹਿ ਜੀ 24 ਸਾਲ ਦਾ, ਅਤੇ ਇਹ ਸਾਡੇ ਨਾਲ ਜਾਸਤੀ ਕਰ ਰਹੇ ਨੇ ਅਤੇ ਤੁਸੀਂ ਫੌਰਨ ਉੱਥੇ ਪਹੁੰਚੋ। ਮੈਂ ਆਪਣੇ 5-6 ਵਰਕਰਾਂ ਨੂੰ, ਜਿਹੜੇ ਸਾਡੇ ਵਕੀਲ ਸਰਦਾਰ ਮਨਮੋਹਨ ਸਿੰਘ, ਉਹਨਾਂ ਨੂੰ ਟੈਲੀਫੋਨ ਕੀਤਾ ਤੁਸੀਂ ਉੱਥੇ ਪਹੁੰਚੋ। ਮੈਂ ਵੀ ਚੱਲ ਗਿਆ ਪਰ ਰਸ਼ ਹੋਣ ਕਰਕੇ ਮੈਨੂੰ ਟਾਈਮ ਲੱਗ ਗਿਆ ਔਰ ਉੱਥੇ ਜਾ ਕੇ ਪਤਾ ਲੱਗਾ ਕਿ ਜਿਹੜੀ ਟ੍ਰੇਨ ਇਹਨਾਂ ਨੇ 5 ਤੱਕ ਸਾਹਿਬਾਨ ਦੇ ਉੱਤੇ ਅਰਦਾਸ ਕਰਨ ਦੀ ਸੋਚੀ ਸੀ ਅਤੇ ਆਖਰੀ ਤੱਕ ਨੰਦੇੜ ਸਾਹਿਬ ਤੋਂ ਅਰਦਾਸ ਕਰਕੇ ਵਾਪਸ ਆ ਰਹੇ ਸਨ। ਮੈਨੂੰ ਇਹ ਨਹੀਂ ਸਮਝ ਆਈ ਕਿ ਜਦ ਲੜਕਾ ਗਿਆ ਆਏ ਤਦ ਪੁਲਿਸ ਨੇ ਕਿਉਂ ਨਹੀਂ ਰੇਡ ਮਾਰੀ, ਖਾਮ ਖਾਂ ਹੈਰੇਸਮੈਂਟ ਕਰਨ ਦੀ ਕਿਹੜੀ ਗੱਲ ਹੈ। ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਘੱਟੋ ਘੱਟ ਸਾਨੂੰ ਲਿਖ ਤਾਂ ਦਿਓ ਨਾ ਬਈ ਅਸੀਂ ਇਹਦੀ ਜਾਮਾ ਤਰਾਸ਼ੀ ਲਈ ਹੈ। ਇਹਦੇ 'ਚੋਂ ਕੁਝ ਵੀ ਨਹੀਂ ਮਿਲਿਆ ਇਹਨਾਂ ਨੂੰ ਔਰ ਸਾਨੂੰ ਦੇ ਦਿਓ। ਫਿਰ ਇਹਨਾਂ ਨੇ ਕਿਹਾ ਵੀ ਜਿਹੜਾ ਇਲਾਕਾ ਮੈਜਿਸਟਰੇਟ ਹੈ ਉਹਦੇ ਕੋਲੋਂ ਤੁਸੀਂ ਇਹਨੂੰ ਪੇਸ਼ ਕਰੋ ਅਤੇ ਉਹਦੇ ਕੋਲੋਂ ਸਮਨ ਲੈ ਕੇ ਤੁਸੀਂ ਪੰਜਾਬ ਲੈ ਜਾਓ। ਤੁਸੀਂ ਰਸਤੇ 'ਚ ਕੋਈ ਨਹੀਂ ਕੀ ਕਰਦੇ ਹੋ, ਸਾਡਾ ਕੀ ਬਚੇਗਾ। ਪਰ SHO ਜਿਹੜੇ ਸਨ ਆਪਣਾ ਰੇਲਵੇ ਸਟੇਸ਼ਨ ਦੇ, ਉਹਨਾਂ ਨੇ ਕਿਹਾ ਜੀ ਅਗਰ 24 ਘੰਟੇ ਦੇ ਵਿੱਚ ਇਹਨਾਂ ਨੇ ਆਪਣੀ ਡੈਸਟੀਨੇਸ਼ਨ 'ਤੇ ਪਹੁੰਚਣਾ ਹੋਵੇ ਫਿਰ ਮੈਜਿਸਟਰੇਟ ਕਰਨ ਦੀ ਪੇਸ਼ ਨਹੀਂ ਹੋਣੀ ਜ਼ਰੂਰਤ ਹੈ ਜੀ। ਹੁਣ ਪੁਲਿਸ ਦੇ ਵਿੱਚ ਤੰਗ ਸੀ ਕਿ 2-3 ਘੰਟੇ ਤੋਂ ਟ੍ਰੇਨ ਰੁਕੀ ਹੋਈ ਸੀ, ਪਰ ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਪਰਿਵਾਰ ਨੇ ਮੇਰੀ ਬੇਨਤੀ ਮੰਨ ਕੇ ਉਹਨਾਂ ਨੇ ਟ੍ਰੇਨ 'ਚ ਬੈਠ ਕੇ, ਅਸੀਂ ਜਿਹੜਾ ਇਨਵੈਸਟੀਗੇਸ਼ਨ ਅਫਸਰ ਆਇਆ ਸੀ ਪੰਜਾਬ 'ਚੋਂ ਉਹਦੇ ਕੋਲੋਂ ਲਿਖ ਕੇ ਲੈ ਲਿਆ ਬਈ ਇਹਦੇ ਕੋਲੋਂ ਕੋਈ ਚੀਜ਼ ਨਹੀਂ ਮਿਲ ਬਰਾਮਦ ਹੋਈ ਕਿਸੇ ਕਿਸਮ ਦੀ, ਨਾ ਕੋਈ ਹਥਿਆਰ, ਨਾ ਕੋਈ ਕਿਸੇ ਚੂਰਨ, ਨਾ ਲੈਣੀ ਨਾ ਦੇਣੀ। ਪਰਿਵਾਰ ਨੇ ਬਾਕੀਆਂ ਨੂੰ ਟੈਲੀਫੋਨ ਕੀਤੀ ਪਰ ਕੋਈ ਨਹੀਂ ਆਇਆ। ਮੈਂ ਆਪਣਾ ਫਰਜ਼ ਸਮਝ ਕੇ ਉੱਥੇ ਪੂਰੀ ਹਾਜ਼ਰੀ ਭਰੀ ਹੈ ਔਰ ਨਿਪਟਾ ਕੇ ਕਰਕੇ ਤਾਂ ਵਾਪਸ ਆਏ। ਜਬ ਆਪਕੀ ਬਾਤਚੀਤ ਹੋ ਰਹੀ ਥੀ ਤੋ ਉਸਮੇ ਇੱਕ ਕੋਰਟ ਕਾ ਆਰਡਰ ਵੀ ਜੋ ਹੈ ਦਿਖਾਇਆ ਗਿਆ ਹੈ, ਕਿਆ ਵੋ ਪੂਰਾ? ਵੋ ਪੂਰਾ ਤਾਂ ਕਿ ਇਹ ਮੈਂ ਫਲਾਣੇ ਸਾਡੇ ਕੇਸ ਦੇ ਵਿੱਚ ਇਹ ਫਲਾਣੀ ਜਗ੍ਹਾ 'ਚ ਲੋੜੀਂਦਾ ਹੈਗਾ, ਉਹਨਾਂ ਨੇ ਮੈਨੂੰ ਦੱਸਿਆ, ਇਸ ਵਿੱਚ ਅਸੀਂ ਇਸ ਨੂੰ ਅਰੈਸਟ ਕਰਕੇ ਲਿਜਾ ਰਹੇ ਹਾਂ। ਅਸੀਂ ਇਸ 'ਤੇ 13 ਵਾਰ ਕੋਸ਼ਿਸ਼ ਕੀਤੀ ਪਰ ਸਾਡੇ ਇਹ ਕਾਬੂ 'ਚ ਨਹੀਂ ਆਇਆ, ਪਰ ਮੈਨੂੰ ਖੁਸ਼ੀ ਮਹਿਸੂਸ ਹੋਈ ਹੈ। ਮਾਂ ਵੀ ਬਹੁਤ ਚੜ੍ਹਦੀ ਕਲਾ ਸੀ ਅਤੇ ਅੰਮ੍ਰਿਤਪਾਲ ਦੀ ਮਾਤਾ ਔਰ ਪਿਤਾ ਜਿੰਨੇ ਵੀ ਉੱਥੇ ਸੱਜਣ ਖੜ੍ਹੇ ਸਨ ਉਹਨਾਂ ਨੂੰ ਕੋਈ ਡਰ ਭੋ ਨਹੀਂ ਸੀ, ਚੜ੍ਹਦੀ ਕਲਾ ਹੋਈ ਸਨ। ਕੀਤੀ ਜੀ ਇਹ ਮਜੀਠਾ ਦੇ ਥਾਣੇ ਦੀ ਸੀ, SHO ਨਾਲ ਆਇਆ ਸੀ, ਨਾਲ 3 ਬੰਦੇ ਹੋਰ ਆਏ ਸਨ ਅਤੇ ਉਹਨਾਂ ਨੂੰ ਬਾਈ ਰੋਡ ਹੀ ਲੈ ਜਾ ਰਹੇ ਸਨ।